ਤੁਸੀਂ ਕਹ ਲਓ ਅੱਧੇ ਇੰਚ ਤੋਂ ਉਹਦਾ ਦਿਲ ਬਚ ਗਿਆ। ਵਾਹਿਗੁਰੂ ਦਾ ਕ੍ਰਿਸ਼ਮਾ ਹੈਗਾ ਕਿ ਅੱਧੇ ਇੰਚ ਤੋਂ ਉਹਦਾ ਦਿਲ ਬਚ ਗਿਆ, ਨਹੀਂ ਤਾਂ ਜਾਨ ਮਾਲ ਬਹੁਤ ਨੁਕਸਾਨ ਹੋਣਾ ਸੀਗਾ। ਹੱਡੀ ਟੁੱਟੀ ਹੈ ਉਹਦੀ, ਮੰਨ ਗਏ, ਸਕੈਪਲਾ ਟੁੱਟਿਆ ਮੰਨ ਗਏ, ਛਾਤੀ ਚੀਰਤੀ ਮੰਨ ਗਏ, ਹੈ ਨਾ, ਠੀਕ ਹੈ, ਖੂਨ ਵਗਿਆ, ਕੋਈ ਗੱਲ ਨਹੀਂ, ਆਪਾਂ ਸਭ ਮੈਨੇਜ ਕਰ ਲਿਆ। ਪਰ ਜਿਸ ਤੋਂ ਅਸੀਂ ਬਹੁਤ ਜ਼ਿਆਦਾ ਡਰਦੇ ਸੀ ਵੀ, ਕਿਉਂਕਿ ਦਿਲ ਦੀ ਇੱਕ ਗੱਲ ਹੋਵੇ ਨਾ, ਉਹ ਦਿਲ ਦਾ ਇੱਕ ਪਾਰਟ ਜਿਹੜਾ ਕਿ ਰਿਪਲੇਸ ਨਹੀਂ ਹੋ ਸਕਦਾ, ਉਹ ਅੱਧੇ ਇੰਚ ਤੋਂ ਬਚ ਗਿਆ ਜੀ। ਉਹ ਐਕਸੀਡੈਂਟ ਤੋਂ ਪਹਿਲਾਂ ਵੀ ਮੈਨੂੰ ਰੱਬ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ, ਕਿਉਂਕਿ ਜੋ ਵੀ ਕੰਮ ਕਰਦਾ ਸੀ ਮਾਲਕ ਸਿਰੇ ਲਾਉਂਦਾ ਸੀ। ਇਹ ਵਾਹਿਗੁਰੂ ਜਪਣ ਦਾ ਰੀਜ਼ਨ ਇਹ ਸੀ ਵੀ ਸ਼ਾਇਦ ਮੇਰੀ ਜ਼ਿੰਦਗੀ ਹੋਰ ਤਾਂ ਕੋਈ ਬਚਾ ਸਕਦਾ, ਰੱਬ ਹੀ ਬਚਾ ਸਕਦਾ। ਤੁਸੀਂ ਦੇਖਿਆ ਹੋਣਾ ਵਾਇਰਲ ਹੋਇਆ ਵੀ ਉਹ ਕਟਾਈ ਹੋ ਰਹੀ ਹੈ, ਉਹ ਬੈਠਾ ਹੈਗਾ, ਉਹਨੂੰ ਐਕਚੁਅਲੀ ਅਸੀਂ ਇੰਜੈਕਸ਼ਨ ਦਿੱਤਾ ਹੋਇਆ ਹੈਗਾ। ਇੰਜੈਕਸ਼ਨ ਦੇ ਕੇ ਉਹਦਾ ਦਰਦ ਬਹੁਤ ਘੱਟ ਕੀਤਾ ਹੋਇਆ। ਦੇਖੋ ਜੇ ਆਪਾਂ ਹਿਲਾਉਂਦੇ ਵੀ ਤਾਂ ਵੀ ਬਲੀਡਿੰਗ ਹੋ ਰਹੀ ਸੀਗੀ, ਜੇ ਆਪਾਂ ਉਹਨੂੰ ਕਹਿੰਦੇ ਤੂੰ ਲੇਟ ਜਾ ਫਿਰ ਉਹ ਵੱਜ ਜਾਂਦੀ, ਕਿਉਂਕਿ ਇੱਕ ਤਲਵਾਰ ਦੀ ਤਰ੍ਹਾਂ ਕੰਮ ਕਰਦੀ ਸੀ ਉਹ ਬੈਠਾ ਸੀਗਾ, ਉਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸੀਗਾ, ਬੜਾ ਉਹ ਹਿੰਮਤ ਦੇ ਰਿਹਾ ਸੀ, ਸਾਰਿਆਂ ਨੂੰ ਹਿੰਮਤ ਦੇ ਰਿਹਾ ਸੀ ਵੀ ਕੋਈ ਗੱਲ ਨਹੀਂ। ਅਤੇ ਉਹ ਆਹੀ ਕਹਿ ਰਿਹਾ ਸੀਗਾ ਕਿ ਮੈਂ ਕਦੀ ਕਿਸੇ ਨਾਲ ਬੁਰਾ ਨਹੀਂ ਕੀਤਾ, ਮੇਰੇ ਨਾਲ ਵੀ ਬੁਰਾ ਨਹੀਂ ਹੋਊਗਾ, ਵਾਹਿਗੁਰੂ ਮੇਰੇ ਨਾਲ ਹੈ, ਤੁਸੀਂ ਮੇਰੇ ਵਾਹਿਗੁਰੂ ਹੋ। ਕੁਝ ਦਿਨ ਪਹਿਲਾਂ ਇੱਕ ਗੁਰਸਿੱਖ ਆਦਮੀ ਦਾ ਐਕਸੀਡੈਂਟ ਹੁੰਦਾ ਹੈ, ਜੋ ਕਿ ਬਠਿੰਡਾ ਦੇ ਨੇੜੇ ਲਹਿਰਾ ਮੁਹੱਬਤ ਕਸਬੇ ਕੋਲ ਉਹਨਾਂ ਦਾ ਐਕਸੀਡੈਂਟ ਹੁੰਦਾ, ਔਰ ਬਹੁਤ ਹੀ ਗੰਭੀਰ ਇੱਕ ਰੋਡ ਐਕਸੀਡੈਂਟ ਸੀਗਾ, ਜਿਹਦੇ ਵਿੱਚ ਉਹਨਾਂ ਦੇ ਸਰੀਰ ਦੇ ਆਰ ਪਾਰ ਇੱਕ ਮੈਟਲ ਦੀ ਜਿਹੜੀ ਹੈ ਰੋਡ 6 ਫੁੱਟ ਦੀ ਆਰ ਪਾਰ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਇਮੀਡੀਏਟਲੀ ਉਸ ਬੰਦੇ ਨੂੰ ਆਦੇਸ਼ ਹੋਸਪਿਟਲ ਵਿਖੇ ਲਿਆਂਦਾ ਜਾਂਦਾ, ਅਤੇ ਜਿੱਥੇ ਸਾਡੇ ਨਾਲ ਡਾਕਟਰ ਸੌਰਵ ਤਾਂਡਾ ਮੌਜੂਦ ਨੇ ਅਤੇ ਮੇਨ ਸਰਜਨ ਇਹ ਸਨ ਜਿਨ੍ਹਾਂ ਨੇ ਸਰਜਰੀ ਕੀਤੀ ਹੈ। ਸਾਰੀ ਗੱਲਬਾਤ ਇਹਨਾਂ ਤੋਂ ਜਾਣ ਲੈਂਦੇ ਹਾਂ। ਸਰ, ਇੱਕ ਵੀਡੀਓ ਕਾਫੀ ਵਾਇਰਲ ਹੋਈ ਹੈ ਤੁਹਾਡੇ ਪੇਸ਼ੈਂਟ ਦੀ, ਔਰ ਉਹਦੇ ਵਿੱਚ ਦੇਖਿਆ ਗਿਆ ਹੈ ਕਿ ਜਦੋਂ ਤੁਸੀਂ ਓਪਰੇਟ ਕਰ ਰਹੇ ਸੀਗੇ ਤਾਂ ਉਦੋਂ ਲੱਗ ਰਿਹਾ ਸੀ ਵੀ ਉਹਨਾਂ ਨੂੰ ਹੋਸ਼ ਸੀਗਾ ਸਾਰਾ। ਤੁਸੀਂ ਸਾਨੂੰ ਦੱਸੋ ਸਰ, ਕਿਸ ਤਰ੍ਹਾਂ ਇਹ ਪੇਸ਼ੈਂਟ ਦਾ ਐਕਸੀਡੈਂਟ ਹੋਇਆ ਔਰ ਕਿੱਦਾਂ ਇਹ ਸਾਰਾ ਤੁਸੀਂ ਓਪਰੇਟ ਕੀਤਾ? ਜੀ, ਸਤਿ ਸ਼੍ਰੀ ਅਕਾਲ ਪਹਿਲੇ ਮੇਰੇ ਵੱਲੋਂ ਵੀ, ਥੈਂਕ ਯੂ ਮੈਨੂੰ ਪੁੱਛਣ ਲਈ। ਅਤੇ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ, ਜਿਵੇਂ ਥਰਸਡੇ ਦੀ ਗੱਲ ਹੈ, ਵੀਰਵਾਰ ਦੀ ਗੱਲ ਹੈ, 12 ਤਰੀਕ ਨੂੰ ਜਦੋਂ ਹਰਦੀਪ ਸਿੰਘ ਜਿਹੜਾ ਪੇਸ਼ੈਂਟ ਦਾ ਨਾਮ ਹੈ ਉਹ ਮੇਰੇ ਕੋਲ ਐਮਰਜੈਂਸੀ 'ਚ ਆਇਆ, ਅਤੇ ਐਮਰਜੈਂਸੀ ਤੋਂ ਆਉਣ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਹਾਂਜੀ ਮੈਂ ਓਪਰੇਟ ਕਰ ਰਿਹਾ ਸੀ ਉੱਤੇ, ਅਤੇ ਇੱਕ ਪੇਸ਼ੈਂਟ ਲੱਗਣ ਵਾਲਾ ਸੀਗਾ, ਅਤੇ ਮੈਂ ਕਿਹਾ ਚਲੋ ਮੈਂ ਨੀਚੇ ਜਾ ਕੇ ਦੇਖਦਾ। ਜਦੋਂ ਮੈਂ ਨੀਚੇ ਗਿਆ ਮੈਂ ਦੇਖਿਆ ਅੱਜ ਤਾਂ ਬਹੁਤ ਵੱਡੀ ਗੱਲ ਹੋਈ ਹੋਈ ਹੈ, ਛਾਤੀ ਦੇ ਆਰ ਪਾਰ ਬਿਲਕੁਲ ਦਿਲ ਦੇ ਪਾਸੇ, ਅਤੇ ਉਹ ਬੈਠਾ ਸੀਗਾ, ਉਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸੀਗਾ, ਬੜਾ ਉਹ ਹਿੰਮਤ ਦੇ ਰਿਹਾ ਸੀ, ਸਾਰਿਆਂ ਨੂੰ ਹਿੰਮਤ ਦੇ ਰਿਹਾ ਸੀ ਵੀ ਕੋਈ ਗੱਲ ਨਹੀਂ, ਠੀਕ ਹੈ। ਅਤੇ ਉਹ ਆਹੀ ਕਹਿ ਰਿਹਾ ਸੀਗਾ ਕਿ ਮੈਂ ਕਦੀ ਕਿਸੇ ਨਾਲ ਬੁਰਾ ਨਹੀਂ ਕੀਤਾ, ਮੇਰੇ ਨਾਲ ਵੀ ਬੁਰਾ ਨਹੀਂ ਹੋਊਗਾ, ਵਾਹਿਗੁਰੂ ਮੇਰੇ ਨਾਲ ਹੈ, ਤੁਸੀਂ ਮੇਰੇ ਵਾਹਿਗੁਰੂ ਹੋ, ਠੀਕ ਹੈ। ਅਤੇ ਮੈਂ ਇਹ ਕਿਹਾ ਕਿ ਇਸ 'ਚ ਵੇਟ ਨਹੀਂ ਕਰ ਸਕਦੇ ਅਸੀਂ, ਕਿਉਂਕਿ ਦੇਖੋ ਹਾਲੇ ਤਾਂ ਰੋਡ ਅੰਦਰ ਹੈ, ਅੱਗੇ ਕਿੰਨਾ ਕੀ ਹੋ ਜਾਵੇ ਆਪਾਂ ਨੂੰ ਪਤਾ ਨਹੀਂ। ਅਤੇ ਮੈਂ ਇਮੀਡੀਏਟਲੀ ਪੇਸ਼ੈਂਟ ਨੂੰ ਸ਼ਿਫਟ ਕਰਾਇਆ, ਸਾਰਿਆਂ ਨੂੰ ਮੈਂ ਕਾਲ 'ਤੇ ਲਿੱਤਾ ਕਿ ਦਿਸ ਪੇਸ਼ੈਂਟ, ਉਹਨੂੰ ਅਰੇਂਜਮੈਂਟ ਕਿਵੇਂ ਕਰਨੀ ਆ, ਆਪਾਂ ਓਟੀ ਦੇ ਵਿੱਚ ਸਾਰੇ ਲੋਕਾਂ ਨੂੰ ਤਿਆਰ ਕੀਤਾ ਵੀ ਸਾਡਾ, ਮੈਂ ਸ਼ਿਫਟ ਕਰਾ ਰਿਹਾ, ਆਈ ਨੀਡ ਐਵਰੀਥਿੰਗ ਰੈਡੀ, ਮੈਂ ਹਰ ਚੀਜ਼ ਰੈਡੀ ਕਰਾਈ। ਅਤੇ ਜਿਹੜੇ ਮੇਰੇ ਨਾਲ ਸੀਗੇ ਡਾਕਟਰ ਡੀ ਕੇ ਗਰਗ, ਡਾਕਟਰ ਨਿਖਿਲ ਮਹਾਜਨ, ਡਾਕਟਰ ਨਿਖਿਲ ਜੈਨ, ਡਾਕਟਰ ਗਗਨਦੀਪ, ਜਿਹੜੇ ਰੈਜੀਡੈਂਟਸ ਨੇ, ਠੀਕ ਹੈ, ਉਹ ਸਾਡੇ ਨਾਲ ਸੀਗੇ ਓਪਰੇਸ਼ਨ ਦੇ, ਜਿਹੜੇ ਬੇਹੋਸ਼ੀ ਵਾਲੇ ਡਾਕਟਰ ਅੰਕੁਸ਼, ਡਾਕਟਰ ਇਸ਼ਾਨ, ਉਹ ਵੀ ਨਾਲ ਸੀਗੇ। ਅਤੇ ਫਿਰ ਅਸੀਂ ਥੋੜ੍ਹਾ ਜਿਹਾ ਜਿਵੇਂ ਆਪਾਂ ਸਟੈਪ ਬਾਏ ਸਟੈਪ ਚੱਲਦੇ ਹਾਂ ਉਵੇਂ ਆਪਾਂ, ਬਿਕੋਜ਼ ਦੇਖੋ ਜੇ ਆਪਾਂ ਹਿਲਾਉਂਦੇ ਵੀ ਤਾਂ ਵੀ ਬਲੀਡਿੰਗ ਹੋ ਰਹੀ ਸੀਗੀ, ਜੇ ਆਪਾਂ ਉਹਨੂੰ ਕਹਿੰਦੇ ਤੂੰ ਲੇਟ ਜਾ ਫਿਰ ਉਹ ਵੱਜ ਜਾਂਦੀ, ਕਿਉਂਕਿ ਇੱਕ ਤਲਵਾਰ ਦੀ ਤਰ੍ਹਾਂ ਕੰਮ ਕਰਦੀ ਸੀ ਉਹ, ਵੀ ਜੇ ਆਪਾਂ ਉਹਨੂੰ ਕਹਿੰਦੇ ਕਿ ਤੁਸੀਂ ਆਪਾਂ ਹੁਣੀ ਕੱਢ ਦਿੰਦੇ ਹਾਂ, ਅਤੇ ਜਿਸ ਤਰ੍ਹਾਂ ਜਿਸ ਇੰਜਰੀ ਦੇ ਨਾਲ ਉਹ ਅੰਦਰ ਗਈ ਸੀ ਉਹ ਹੋਰ ਇੰਜਰੀ ਕਰਕੇ ਬਾਹਰ ਆ ਸਕਦੀ ਸੀ, ਉਹਦਾ ਬਹੁਤ ਵੱਡਾ ਡਰ ਸੀਗਾ ਸਾਨੂੰ। ਅਤੇ ਅਸੀਂ ਬਿਨਾਂ ਕੁਛ ਟੈਸਟ ਮੇਜਰ ਰਿਪੋਰਟਾਂ ਦੇਖਣ ਦੇ, ਟੈਸਟ ਭੇਜਦੇ ਸੀ ਲੇਕਿਨ ਰਿਪੋਰਟਾਂ ਦੇਖਣ ਦੇ ਬਾਵਜੂਦ ਅਸੀਂ ਉਹਨਾਂ ਨੂੰ ਓਟੀ ਦੇ ਵਿੱਚ ਲੈ ਕੇ ਗਏ, ਪਹਿਲੇ ਉਹਨਾਂ ਦੀ ਅੱਗੇ ਅਤੇ ਪਿੱਛੋਂ ਕਟਾਈ ਕੀਤੀ, ਕੁਝ ਇਸ ਤਰ੍ਹਾਂ ਉਹਨਾਂ ਦੀ ਪੋਜੀਸ਼ਨ ਬਣਾਈ ਤਾਂ ਕਿ ਉਹਨਾਂ ਨੂੰ ਨਾ ਤਾਂ ਰੋਡ ਹਿੱਲੇ ਨਾ ਸਾਨੂੰ ਕੋਈ ਪ੍ਰੋਬਲਮ ਆਵੇ, ਠੀਕ ਹੈ। ਅਤੇ ਫਿਰ ਓਪਰੇਸ਼ਨ ਕੀਤਾ, ਤੁਸੀਂ ਦੇਖਿਆ ਉਹਨਾਂ ਵਾਇਰਲ ਹੋਇਆ ਵੀ ਉਹ ਕਟਾਈ ਹੋ ਰਹੀ ਹੈ, ਉਹ ਬੈਠਾ ਹੈਗਾ, ਉਹਨੂੰ ਐਕਚੁਅਲੀ ਅਸੀਂ ਇੰਜੈਕਸ਼ਨ ਦਿੱਤਾ ਹੋਇਆ ਹੈਗਾ, ਇੰਜੈਕਸ਼ਨ ਦੇ ਕੇ ਉਹਦਾ ਦਰਦ ਬਹੁਤ ਘੱਟ ਕੀਤਾ ਹੋਇਆ।
ਅਸੀਂ ਉਹਨੂੰ ਹੋਸ਼ 'ਚ ਰੱਖਿਆ ਹੋਇਆ ਖੁਦ ਬੋਲ ਬੋਲ ਕੇ, ਹਾਂ ਬਈ ਬੋਲ ਕੀ ਹੈ ਹੋਰ ਤੈਨੂੰ ਕੁਛ ਪ੍ਰੋਬਲਮ ਤਾਂ ਨਹੀਂ ਹੈ, ਕਿਉਂਕਿ ਅਸੀਂ ਇਹ ਵੀ ਨਹੀਂ ਚਾਹੁੰਦੇ ਸੀ ਵੀ ਉਹ ਗਿਰ ਜੇ, ਅਸੀਂ ਇਹ ਵੀ ਨਹੀਂ ਚਾਹੁੰਦੇ ਸੀ ਉਹਨੂੰ ਦਰਦ ਹੋਵੇ, ਠੀਕ ਹੈ। ਇਹ ਦੋਨਾਂ ਦੇ ਬੈਲੈਂਸ ਬਣਾ ਕੇ ਉਹ ਕਿ ਜਿਹੜੇ ਕਿ ਬੇਹੋਸ਼ੀ ਵਾਲੇ ਡਾਕਟਰ ਸੀ ਉਹਨਾਂ ਦਾ ਕਹਿ ਲਓ ਸਾਇੰਸ ਕਹਿ ਲਓ ਨੌਲੇਜ ਕਹਿ ਲਓ ਐਕਸਪੀਰੀਅੰਸ ਕਹਿ ਲਓ, ਉਹਨਾਂ ਨੇ ਇਹ ਤਰੀਕਾ ਅਪਣਾਇਆ ਤਾਂ ਕਿ ਆਪਾਂ ਆਪਣਾ ਕੰਮ ਘੱਟ ਤੋਂ ਘੱਟ ਰਿਸਕ ਨਾਲ ਕਰ ਸਕੀਏ। ਅਤੇ ਹੁਣ ਓਪਰੇਸ਼ਨ ਸਕਸੈਸਫੁਲ ਹੈ, ਪੇਸ਼ੈਂਟ ਠੀਕ ਹੈ, ਮੈਂ ਵੀ ਖੁਸ਼ ਹਾਂ, ਉਹ ਵੀ ਖੁਸ਼ ਹੈ, ਸਾਰੇ ਖੁਸ਼। ਡਾਕਟਰ ਸਾਹਿਬ, ਜਿੱਦਾਂ ਡਾਕਟਰਸ ਨੂੰ ਗੋਡ ਤੋਂ ਬਾਅਦ ਸੈਕਿੰਡ ਗੋਡ ਕਿਹਾ ਜਾਂਦਾ ਤਾਂ ਤੁਸੀਂ ਆਪਣੀ ਜਿਹੜੀ ਡਿਊਟੀ ਹੈ ਬਖੂਬੀ ਨਿਭਾਈ ਹੈ। ਸਰ, ਇਸ ਤੋਂ ਇਲਾਵਾ ਮੈਂ ਜਾਣਨਾ ਚਾਹੂੰਗੀ ਕਿ ਉਹਨਾਂ ਦਾ ਜਿਹੜੀ ਕਿਸ ਕਿੱਥੋਂ ਉਹਨਾਂ ਦਾ ਮਤਲਬ ਜਿਹੜੀ ਰੋਡ ਸੀ ਆਰ ਪਾਰ ਹੋਈ ਔਰ ਕੀ ਨੁਕਸਾਨ ਉਹਨਾਂ ਨੂੰ ਹੋਇਆ? ਜੀ, ਖੱਬੇ ਪਾਸੋਂ ਗਈ ਸੀ ਇਹ ਛੱਤ, ਜਿੱਥੇ ਹਾਰਟ ਨੂੰ, ਬਿਲਕੁਲ ਜੀ। ਅਤੇ ਤੁਸੀਂ ਇਹ ਲਾਓ ਕਿ ਜਾਖੁਰ ਆ ਕੇ ਸਾਈਆਂ ਮਾਰ ਸਕੇ ਨਾ ਕੋਈ, ਠੀਕ ਹੈ, ਇਹ ਗੱਲ ਹੈ। ਅਤੇ ਸਾਨੂੰ ਐਕਸਪੈਕਟਿਡ ਸਭ ਕੁਛ ਸੀਗਾ ਵੀ ਜੇ ਇਹਨੂੰ ਰੋਡ ਕੱਢਾਂਗੇ ਸਭ ਕੁਛ ਕੁਛ ਵੀ ਹੋ ਸਕਦਾ ਹੈਗਾ, ਸਭ ਕੁਛ ਤੁਸੀਂ ਦੇਖਿਆ ਵੀ ਹੋਣਾ ਕਿ ਇਸ 'ਚ ਕੁਛ ਨਹੀਂ ਕਹਿ ਸਕਦੇ ਸੀ, ਕਿਉਂਕਿ ਸਾਡੇ ਕੋਲ ਨਾ ਤਾਂ ਐਕਸਰੇ ਸੀ ਨਾ ਕੁਛ। ਅਸੀਂ ਲੈ ਕੇ ਗਏ ਸੀ ਓਟੀ, ਕਿਉਂਕਿ ਐਕਸਰੇ ਦੀ ਪਲੇਟ ਵੀ ਨਹੀਂ ਲੱਗ ਰਹੀ ਸੀ ਅਤੇ ਹਿਲਾਉਣਾ ਵੀ ਨਹੀਂ ਚਾਹੁੰਦੇ ਸੀ ਅਸੀਂ ਕੁਛ ਜ਼ਿਆਦਾ। ਅਤੇ ਅਸੀਂ ਉਹਨੂੰ ਲੈ ਕੇ ਗਏ ਅਤੇ ਤੁਸੀਂ ਕਹਿ ਲਓ ਅੱਧੇ ਕੁ ਇੰਚ ਤੋਂ ਉਹਦਾ ਦਿਲ ਬਚ ਗਿਆ। ਵਾਹਿਗੁਰੂ ਦਾ ਕ੍ਰਿਸ਼ਮਾ ਹੈਗਾ ਕਿ ਅੱਧੇ ਕੁ ਇੰਚ ਤੋਂ ਉਹਦਾ ਦਿਲ ਬਚ ਗਿਆ, ਨਹੀਂ ਤਾਂ ਜਾਨ ਮਾਲ ਬਹੁਤ ਨੁਕਸਾਨ ਹੋਣਾ ਸੀਗਾ। ਅਤੇ ਹੱਡੀ ਟੁੱਟੀ ਹੈ ਉਹਦੀ, ਮਣ ਗਏ, ਸਕੈਪਲਾ ਟੁੱਟਿਆ ਮਣ ਗਏ, ਛਾਤੀ ਚੀਰਤੀ ਮਣ ਗਏ, ਹੈ ਨਾ, ਠੀਕ ਹੈ, ਖੂਨ ਵਗਿਆ, ਕੋਈ ਗੱਲ ਨਹੀਂ, ਆਪਾਂ ਸਭ ਮੈਨੇਜ ਕਰ ਲਿਆ। ਪਰ ਜਿਸ ਤੋਂ ਅਸੀਂ ਬਹੁਤ ਜ਼ਿਆਦਾ ਡਰਦੇ ਸੀ ਵੀ, ਕਿਉਂਕਿ ਦਿਲ ਦੀ ਇੱਕ ਗੱਲ ਹੋਵੇ ਨਾ, ਦਿਲ ਦਾ ਇੱਕ ਪਾਰਟ ਜਿਹੜਾ ਕਿ ਰਿਪਲੇਸ ਨਹੀਂ ਹੋ ਸਕਦਾ, ਉਹ ਅੱਧੇ ਕੁ ਇੰਚ ਤੋਂ ਬਚ ਗਿਆ ਜੀ। ਅਤੇ ਮੈਂ ਕਹੂੰਗਾ ਬਹੁਤ ਅੱਛੀ ਗੱਲ ਹੈ, ਪੇਸ਼ੈਂਟ ਲਈ ਬਹੁਤ ਅੱਛੀ ਗੱਲ ਹੈ, ਉਹਦੇ ਪਰਿਵਾਰ ਵਾਲੇ ਲਈ ਬਹੁਤ ਅੱਛੀ ਗੱਲ ਹੈ। ਸਾਡੇ ਲਈ ਵੀ ਇਹ ਹੋ ਗਿਆ ਕਿ ਸਾਨੂੰ ਇਹ ਨਹੀਂ ਕਹਿਣਾ ਪਿਆ ਜੀ ਅਸੀਂ ਬਚਾ ਨਹੀਂ ਸਕੇ। ਜਦੋਂ ਤੁਹਾਡੇ ਕੋਲ ਉਹ ਆਏ ਤਾਂ ਉਦੋਂ ਕੀ ਤੁਹਾਨੂੰ ਤੁਹਾਡੀ ਓਬਜ਼ਰਵੇਸ਼ਨ ਸੀ, ਕਿਉਂਕਿ ਕਾਫੀ ਸਵੀਅਰ ਐਕਸੀਡੈਂਟ ਇਹ ਆਪਾਂ ਮੰਨ ਸਕਦੇ ਹਾਂ ਕਿ ਸੀਗਾ, ਤਾਂ ਉਦੋਂ ਕੀ ਤੁਹਾਡੀ ਓਬਜ਼ਰਵੇਸ਼ਨ ਸੀ ਵੀ ਕੀ ਹੋ ਸਕਦਾ ਇਹਦਾ? ਜੀ, ਮੇਰੀ ਓਬਜ਼ਰਵੇਸ਼ਨ ਜਿਵੇਂ ਹਰ ਡਾਕਟਰ ਦੀ ਹੁੰਦੀ ਹੈ ਕਿ ਇਸ ਕੇਸ ਦੇ ਵਿੱਚ ਕੁਛ ਵੀ ਹੋ ਸਕਦਾ ਹੈਗਾ। ਈਵਨ ਇਹ ਵੀ ਹੋ ਸਕਦਾ ਕਿ ਇਹ ਰੋਡ ਇੰਨੀ ਮੋਟੀ ਸੀਗੀ ਕਿ ਹਾਲੇ ਤਾਂ ਆਪਾਂ ਨੂੰ ਪੇਸ਼ੈਂਟ ਬੈਠਾ ਹੈਗਾ ਕਿਉਂਕਿ ਉਹਦੀ ਬਲੀਡਿੰਗ ਹਾਲੇ ਕੰਟਰੋਲ ਹੈ, ਬਲੀਡਿੰਗ ਹੋ ਰਹੀ ਸੀ ਪਰ ਕੰਟਰੋਲ ਹੈ। ਪਰ ਜਦੋਂ ਆਪਾਂ ਕੱਢੀ ਤਾਂ ਮਤਲਬ ਬਲੱਡ ਇੰਨਾ ਵਗ ਸਕਦਾ ਕਿ ਇੱਕਦਮ ਹੀ ਉਹਦੀ ਜਾਨ ਵੀ ਜਾ ਸਕਦੀ ਹੈ, ਠੀਕ ਹੈ। ਉਹ ਚੀਜ਼ਾਂ ਸਾਨੂੰ ਐਕਸਪੈਕਟਿਡ ਸੀਗੀਆਂ, ਸਾਡੇ ਦਿਮਾਗ 'ਚ ਚੱਲ ਰਹੀਆਂ ਸੀ ਵੀ ਆਪਾਂ ਹੁਣ ਇਹਨੂੰ ਸਭ ਕੁਛ ਤਿਆਰ ਕਰਕੇ ਰੱਖਣਾ, ਸਭ ਕੁਛ ਇਮੀਡੀਏਟ ਸਭ ਕੁਛ ਕਰਨਾ ਪਊਗਾ। ਅਤੇ ਇਹ ਦਿਮਾਗ 'ਚ ਸਾਨੂੰ ਲੱਗ ਰਿਹਾ ਸੀ ਵੀ ਇਸ 'ਚ ਹੋਣਾ ਕੁਛ ਨਾ ਕੁਛ ਹੋਣਾ ਇਸ ਤਰ੍ਹਾਂ। ਪਰ ਉਹੀ ਮੈਂ ਕਹਿ ਰਿਹਾ ਕਿ ਅਸੀਂ ਸਾਰਾ ਕੁਛ ਦੇਖਿਆ, ਚੈੱਕ ਕੀਤਾ, ਅਤੇ ਜਿਹੜੀ ਵੀ ਚੀਜ਼ ਕੰਟਰੋਲ ਹੋ ਗਿਆ, ਸਭ ਕੁਛ ਕੰਟਰੋਲ ਹੋ ਗਿਆ, ਅਤੇ ਜਿਹੜਾ ਮੇਨ ਰਿਸਕ ਸੀਗਾ ਉਸ ਤੋਂ ਵਾਹਿਗੁਰੂ ਨੇ ਹੀ ਬਚਾ ਲਿਆ ਉਹਨੂੰ। ਸੋ ਇਸ ਸਨ ਡਾਕਟਰ ਸੌਰਵ ਤਾਂਡਾ, ਜਿਨ੍ਹਾਂ ਨੇ ਸਾਨੂੰ ਬਹੁਤ ਡਿਟੇਲ ਦੇ ਵਿੱਚ ਇਸ ਪੇਸ਼ੈਂਟ ਦੇ ਬਾਰੇ ਦੱਸਿਆ, ਇਹਨਾਂ ਦੇ ਓਪਰੇਸ਼ਨ ਦੇ ਬਾਰੇ ਦੱਸਿਆ, ਔਰ ਬਿਲਕੁਲ ਇਹਨਾਂ ਨੇ ਗੱਲ ਇੱਕ ਬਹੁਤ ਅੱਛੀ ਕਹੀ ਹੈ ਕਿ ਜਾਖੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਔਰ ਕਿੰਨੇ ਯੰਗ ਡਾਕਟਰ ਨੇ ਤੁਸੀਂ ਦੇਖ ਸਕਦੇ ਹੋ, ਬਟ ਜੋ ਇਹਨਾਂ ਦਾ ਇਹਨਾਂ ਨੇ ਕਰਿਸ਼ਮਾ ਕਰਕੇ ਦਿਖਾਇਆ ਉਹ ਬਹੁਤ ਵੱਡੀ ਅਤੇ ਦਾਤ ਦੇਣ ਵਾਲੀ ਗੱਲ ਹੈ। ਹੁਣ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਹਰਦੀਪ ਸਿੰਘ ਜੀ ਦੇ ਨਾਲ। ਜਾਖੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਹਰਦੀਪ ਸਿੰਘ ਜੀ ਦੇ ਉੱਪਰ ਇਹ ਜਿਹੜੀਆਂ ਸਤਰਾਂ ਨੇ ਬਿਲਕੁਲ ਢੁੱਕਦੀਆਂ ਨੇ, ਕਿਉਂਕਿ ਜਿਸ ਤਰ੍ਹਾਂ ਇਹਨਾਂ ਦਾ ਇੰਨਾ ਗੰਭੀਰ ਰੋਡ ਐਕਸੀਡੈਂਟ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਆਦੇਸ਼ ਹੋਸਪਿਟਲ ਵਿਖੇ ਲਿਆਂਦਾ ਗਿਆ ਅਤੇ ਇਹਨਾਂ ਦਾ ਜਿਹੜਾ ਓਪਰੇਸ਼ਨ ਇੱਥੇ ਹੋਇਆ, ਸਾਰਾ ਇਲਾਜ ਇੱਥੇ ਹੋਇਆ, ਅਤੇ ਹਰਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਤੁਸੀਂ ਦੇਖ ਸਕਦੇ ਹੋ ਕਿ ਹੁਣ ਬਿਲਕੁਲ ਤੰਦਰੁਸਤ ਨੇ, ਠੀਕ ਠਾਕ ਨੇ ਇਹ, ਅਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਜੀ ਹੁਣ, ਤੁਸੀਂ ਠੀਕ ਹੋ? ਹਾਂਜੀ, ਠੀਕ ਹੈ, ਬਾਬੇ ਦੀ ਕਿਰਪਾ, ਵਾਹਿਗੁਰੂ ਦੀ। ਅਤੇ ਤੁਸੀਂ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਉਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਲੈ ਰਹੇ ਸੀ, ਪੂਰਾ ਵਿਸ਼ਵਾਸ ਸੀ ਤੁਹਾਨੂੰ ਵੀ ਤੁਸੀਂ ਬਿਲਕੁਲ ਠੀਕ ਹੋ ਜਾਓਗੇ? ਉਹ ਐਕਸੀਡੈਂਟ ਤੋਂ ਪਹਿਲਾਂ ਵੀ ਮੈਨੂੰ ਰੱਬ ਦੇ ਬਹੁਤ ਜ਼ਿਆਦਾ ਵਿਸ਼ਵਾਸ ਸੀ, ਕਿਉਂਕਿ ਜੋ ਵੀ ਕੰਮ ਕਰਦਾ ਮਾਲਕ ਸਿਰੇ ਲਾਉਂਦਾ ਸੀ। ਇਹ ਵਾਹਿਗੁਰੂ ਜਪਣ ਦਾ ਰੀਜ਼ਨ ਇਹ ਸੀ ਵੀ ਸ਼ਾਇਦ ਮੇਰੀ ਜ਼ਿੰਦਗੀ ਹੋਰ ਤਾਂ ਕੋਈ ਬਚਾ ਸਕਦਾ, ਰੱਬ ਹੀ ਬਚਾ ਸਕਦਾ। ਉਹਨੇ ਕਿਸੇ ਇਨਸਾਨ ਨੂੰ ਮੇਰੀ ਢੋਈ ਬਣਾਇਆ, ਸੌਰਵ ਟਾਂਡਾ ਜੀ ਨੂੰ, ਮੇਰਾ ਆਪਰੇਸ਼ਨ ਅਸਫਲ ਕਰਕੇ ਮੈਂ ਬਚਿਆ। ਤਾਂ ਤੁਸੀਂ ਕੀ ਕੰਮ ਕਰਦੇ ਹੋ ਜੀ? ਮੈਂ ਸੇਲ ਮੈਨੇਜਰ ਹਾਂ ਕੰਪਨੀ ਦੇ ਵਿੱਚ ਜੀ, ਜੋਬ ਕਰਦਾ ਜੀ ਸੇਲ ਮੈਨੇਜਰ ਦੇ ਤੌਰ 'ਤੇ। ਉਸ ਵਕਤ ਤੁਸੀਂ ਕਿੱਧਰ ਜਾ ਰਹੇ ਸੀ ਜਦੋਂ ਤੁਹਾਡਾ ਐਕਸੀਡੈਂਟ ਹੋਇਆ? ਮੇਰੇ ਨਾਲ ਲੜਕਾ ਸੀ ਮੇਰਾ, ਉਹ ਗੱਡੀ ਚਲਾ ਰਿਹਾ ਸੀ, ਰਾਮਪੁਰੇ ਜਾ ਰਹੇ ਸੀ ਜੀ। ਤੁਸੀਂ ਕੋਈ ਵਹੀਕਲ ਲੈ ਕੇ ਜਾ ਰਹੇ ਸੀ ਉੱਧਰ? ਹਾਂਜੀ ਹਾਂਜੀ, ਕੰਪਨੀ ਦੀ ਨਿਊ ਗੱਡੀ ਸੀ, ਨਵੀਂ ਗੱਡੀ ਕੰਪਨੀ ਦੀ, ਕਸਟਮਰ ਨੂੰ ਲੈ ਲੈਂਦਾ ਕਰਨ ਜਾ ਰਹੇ ਵਗਾਲ।
ਤਾਂ ਤੁਹਾਨੂੰ ਜਦੋਂ ਐਕਸੀਡੈਂਟ ਹੋਇਆ ਤਾਂ ਉਦੋਂ ਬਾਅਦ ਤੁਹਾਨੂੰ ਕਿੱਦਾਂ ਹੋਸਪਿਟਲ ਪਹੁੰਚਾਇਆ ਗਿਆ? ਉਸ ਤੋਂ ਬਾਅਦ ਉੱਥੋਂ ਗੱਡੀ ਅਰੇਂਜ ਹੋਈ, ਭਵਿੰਦਰ ਸਿੰਘ ਜੀ ਨੇ ਖਾਲਸਾ ਜੀ ਦੀ ਗੱਡੀ ਅਰੇਂਜ ਕਰਕੇ ਮੈਨੂੰ ਹੋਸਪਿਟਲ ਪਹੁੰਚਾਇਆ। ਬਿਲਕੁਲ, ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਹਰਦੀਪ ਸਿੰਘ ਜੀ ਨੇ ਬਹੁਤ ਅੱਗੇ ਨਾਲੋਂ ਠੀਕ ਨੇ, ਔਰ ਇੰਨਾ ਸਵੀਅਰ ਐਕਸੀਡੈਂਟ ਹੋਣ ਤੋਂ ਬਾਅਦ ਵੀ ਜਿਹੜਾ ਹੈ ਇਹਨਾਂ ਨੂੰ ਪੂਰਾ ਵਿਸ਼ਵਾਸ ਸੀਗਾ ਪਰਮਾਤਮਾ ਦੇ ਉੱਪਰ ਕਿ ਮੈਂ ਜੋ ਹਾਂ ਬਚ ਜਾਵਾਂਗਾ, ਠੀਕ ਹੋ ਜਾਵਾਂਗਾ, ਔਰ ਵਾਹਿਗੁਰੂ ਵਾਹਿਗੁਰੂ ਦਾ ਨਾਮ ਇਹ ਜਪਦੇ ਇਹਨਾਂ ਨੇ ਆਪਣਾ ਓਪਰੇਸ਼ਨ ਕਰਵਾਇਆ। ਜੋ ਇਹਨਾਂ ਦੀ ਵੀਡੀਓ ਸੀ ਉਹ ਸ਼ਾਇਦ ਹੀ ਕੋਈ ਸ਼ਖਸ ਹੋਣਾ ਹੈ ਪੰਜਾਬ ਦਾ ਜਿਸਨੇ ਨਾ ਦੇਖੀ ਹੋਵੇ, ਕਿਉਂਕਿ ਇਹਨਾਂ ਦੀ ਉਹ ਓਪਰੇਸ਼ਨ ਜਦੋਂ ਹੋ ਰਿਹਾ ਸੀ ਉਹ ਵੀਡੀਓ ਕਾਫੀ ਵਾਇਰਲ ਵੀ ਹੋਈ ਸੀਗੀ।